ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚਿਆ ਦੋਸਤੋ ਪਿੰਡ ਗੰਡੀਵਿੰਡ ਪਿੰਡ, ਬਿਲਕੁਲ ਦੋਸਤੋ ਗੰਡੀਵਿੰਡ ਸਰਾਂ ਨਾਲ ਵੀ ਜਾਣਿਆ ਜਾਂਦਾ, ਸਰਾਂ ਪਿੰਡ ਬਿਲਕੁਲ 1 ਕਿਲੋਮੀਟਰ 1.5-2 ਕਿਲੋਮੀਟਰ ਦੀ ਦੂਰੀ ਤੇ ਨਾਲ ਹੀ ਆ, ਤੇ ਸੋਹਲ ਪਿੰਡ ਥੋੜੀ ਦੂਰੀ ਤੇ ਆ, ਤੇ ਝਬਾਲ ਤੋਂ ਦੋਸਤੋ ਟਾਰੀ ਰੋਡ ਦੇ ਉੱਪਰ ਇਹ ਪਿੰਡ ਆ। ਜਦੋਂ ਆਪਾਂ ਬਿਲਕੁਲ ਝਬਾਲ ਤੋਂ ਆਉਂਦੇ ਹਾਂ ਤਾਂ 7 ਕਿਲੋਮੀਟਰ ਦੀ ਦੂਰੀ ਆ ਝਬਾਲ ਤੋਂ, ਝਬਾਲ ਤੋਂ ਟਾਰੀ ਰੋਡ ਦੇ ਉੱਤੇ ਦੋਸਤੋ ਇਹ ਪਿੰਡ ਆ ਗੰਡੀਵਿੰਡ, ਠੀਕ ਆ ਜੀ। ਤੇ ਗਹਿਰੀ ਪਿੰਡ ਵੀ ਬਿਲਕੁਲ ਨਜ਼ਦੀਕ ਆ। ਘਰੇਲੂ ਘਰ ਦੇ ਵਿੱਚੋਂ ਦੋਸਤੋ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਘਰੇਲੂ ਘਰ ਦੇ ਵਿੱਚੋਂ ਬਿਲਕੁਲ ਜਿੰਨਾ ਮਾਲ ਤੁਸੀਂ ਦੇਖ ਰਹੇ ਜੇ ਘਰ ਦੇ ਪਸ਼ੂ ਰੱਖੇ ਹੋਏ ਆ ਵੀਰ ਨੇ, ਡੇਅਰੀ ਦਾ ਕੰਮ ਆ। ਤੇ ਜਦੋਂ ਪਸ਼ੂ ਬਿਲਕੁਲ ਤਿਆਰੀ ਤੇ ਹੁੰਦਾ ਜਾਂ ਟੁੱਕਾ ਜਾਂ ਸੂ ਪੈਂਦਾ ਪਸ਼ੂ, ਠੀਕ ਆ ਜੀ, ਕਦੇ ਕਦੇ ਵਿੱਚੋਂ ਇਹਨਾਂ ਪਸ਼ੂਆਂ ਤੇ ਸੇਲ ਕਰ ਦਿੰਦਾ ਵੀਰ। ਸੋ ਫੁੱਲ ਡਿਟੇਲ ਆਪਾਂ ਓਨਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਤੇ ਐਨੀਮਲ ਦੋਸਤੋ ਅੱਜ ਤੁਹਾਨੂੰ ਆਪਾਂ ਇੱਕ ਹੀ ਦਿਖਾਉਣਾ, ਇੱਕ ਨੀਲੀ ਦੀ ਜਿਹੜੀ ਇਹ ਸਾਹਮਣੇ ਤੁਸੀਂ ਦੇਖ ਰਹੇ ਜੀ, ਇੱਕ ਮੱਝ ਦਿਖਾਵਾਂਗੇ। ਸੱਜਰ ਸੂਈ, ਤਾਜ਼ੀ ਸੂਈ ਆ, ਚੰਗੇ ਮਿਲਕ ਤੇ ਚੱਲ ਰਹੀ ਆ। ਸੋ ਕੀ ਮਿਲਕ ਰਿਕਾਰਡ ਆ ਦੋਸਤੋ, ਕੀ ਮੁੱਲ ਰਹਿਣ ਵਾਲਾ ਤੇ ਕਿੰਨੇ ਦਿਨਾਂ ਦੀ ਸੂਈ ਆ, ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਸੋ ਚੰਗਾ ਪਸ਼ੂ ਧੰਨ, ਕਾਫੀ ਵੀਰ ਖਰੀਦਣ ਦੇ ਚਾਹਵਾਨ ਆ ਵੀ ਘਰਾਂ ਦੇ ਵਿੱਚੋਂ ਜੇਕਰ ਕੋਈ ਚੰਗਾ ਪਸ਼ੂ ਨਿਕਲੇ ਤਾਂ ਜ਼ਰੂਰ ਅਸੀਂ ਖਰੀਦਦਾਰੀ ਕਰਨੀ ਆ। ਤੇ ਮੈਂ ਅੱਜ ਦੋਸਤੋ ਜਿਹੜੀ ਇਹ ਵੀਡੀਓ ਆਪਾਂ ਬਿਲਕੁਲ ਨੋਰਮਲ ਘਰੇਲੂ ਘਰ ਦੇ ਵਿੱਚੋਂ ਬਣਾਉਣ ਜਾ ਰਹੇ ਹਾਂ, ਮੱਝ ਦਿਖਾ ਦਿੰਦੇ ਹਾਂ, ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਆਓ ਲੈਂਦੇ ਹਾਂ ਵਧੇਰੇ ਡਿਟੇਲ, ਕਰਦੇ ਹਾਂ ਗੱਲਬਾਤ। ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਵੀਰ ਜੀ? ਬਹੁਤ ਵਧੀਆ, ਠੀਕ ਠਾਕ, ਵਧੀਆ ਵੀਰੇ। ਤੇ ਇੱਕ ਆਪਣਾ ਨਾਮ ਦੱਸ ਦਈਏ। ਵੀਰ ਜੀ, ਨਾਮ ਮੇਰਾ ਮਨਪ੍ਰੀਤ ਸਿੰਘ ਜੀ। ਅੱਛਾ ਜੀ। ਪਿੰਡ ਮੇਰਾ ਵੀਰ ਜੀ, ਪਿਤਾ ਦਾ ਨਾਮ ਮੇਰੇ ਦਾ ਸਰਦਾਰ ਸੁਖਦੇਵ ਸਿੰਘ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ। ਤੇ ਮਨਪ੍ਰੀਤ ਭਾਈ ਘਰੇਲੂ ਮਾਲ ਹੀ ਹੈ ਸਾਰਾ ਆਪਣੇ ਕੋਲ? ਹਾਂਜੀ ਹਾਂਜੀ, ਘਰੇਲੂ ਵੀਰ ਜੀ, ਘਰੇਲੂ। ਕਿਸੇ ਰਕਮ ਦਾ ਕੋਈ ਵਪਾਰ ਦਾ ਕੰਮ ਨਹੀਂ ਨਾ ਕਰਦੇ? ਨਾ ਵੀਰ ਜੀ, ਕੋਈ ਵਪਾਰ ਦਾ ਕੰਮ ਨਹੀਂ, ਘਰੇਲੂ ਮੱਝ ਹੈ ਵੀਰ ਜੀ ਆਪਣੀ। ਠੀਕ ਹੈ ਜੀ, ਹਾਂਜੀ ਠੀਕ ਹੈ। ਹਾਂਜੀ ਤਕਰੀਬਨ ਆ ਸਾਰੀਆਂ ਡੇਅਰੀ ਵਾਸਤੇ ਆਪਾਂ ਮੱਝਾਂ ਰੱਖੀਆਂ ਦੁੱਧ ਹਾਂਜੀ ਹਾਂਜੀ ਵੀਰ ਵਾਸਤੇ। ਜੀ, ਦੁੱਧ ਪਾਈ ਦਾ ਟਾਈਮ ਪਾਸ ਵੀਰ ਜੀ, ਚਲੋ ਵਧੀਆ ਹੁੰਦਾ ਜਾਂਦਾ ਵੀਰ ਜੀ, ਬਿਲਕੁਲ ਜੀ, ਘਰ ਦਾ ਬਿਲਕੁਲ ਕੰਮ ਵੀਰ ਜੀ ਕਰੀਦਾ ਵਾ। ਬਿਲਕੁਲ ਜੀ, ਬਿਲਕੁਲ। ਇਸ ਤੋਂ ਵਧੀਆ ਕੋਈ ਚੰਗਾ ਸਾਈਡ ਬਿਜ਼ਨਸ ਹੋਰ ਹੈ ਵੀ ਨਹੀਂਗਾ? ਹਾਂਜੀ ਹਾਂਜੀ ਵੀਰ ਜੀ। ਤੇ ਅੱਜ ਫਿਲਹਾਲ ਆਪਣੇ ਕੋਲ ਜਿਹੜੀ ਇਹ ਇੱਕੋ ਇੱਕ ਮੱਝ ਹਾਂਜੀ ਹਾਂਜੀ, ਇੱਕ ਬਤਾਊਗਾ। ਵੀਰ ਜੀ ਨੀਲੀ ਦੀ ਮੱਝ ਹੈ ਵੀਰ ਜੀ, ਦੂਜਾ ਸੂਆ ਝੋਟੀ ਕਰਦੀ ਆ। ਠੀਕ ਹੈ ਜੀ। ਹਾਂਜੀ ਹਾਂਜੀ ਵੀਰ ਜੀ। ਤੇ ਸੱਜਰ ਸੂਈ ਹੈ ਤਾਜ਼ੀ? ਸੱਜਰ ਵੀਰ ਜੀ ਸੂਈ ਜੇ 9 ਕੁ ਦਿਨਾਂ ਦੀ ਸੂਈ ਹੋਊਗੀ ਵੀਰ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਵੀਰ ਜੀ 12 ਕੁ ਕਿਲੋ ਦੁੱਧ ਹੋਊਗਾ, ਠੰਡਾ ਕਰਕੇ 11 ਲੀਟਰ ਮਾਰ ਕੇ ਕੋਈ ਲੈ ਜਾਵੇ ਵੀਰ ਜੀ। ਠੀਕ ਹੈ ਜੀ। ਹਾਂਜੀ ਵੀਰ ਜੀ, ਠੀਕ ਹੈ ਵੀਰ ਜੀ। ਹਾਂਜੀ ਠੀਕ ਹੈ ਵੀਰ ਜੀ। ਅੱਛਾ ਮਨਪ੍ਰੀਤ, ਜਿੱਦਾਂ ਆਪਾਂ ਜ਼ਿਕਰ ਕੀਤਾ ਸੀ ਵੀ ਘਰੇਲੂ ਮਾਲ ਹੀ ਆਪਣੇ ਕੋਲ ਘਰ ਦਾ ਹਾਂਜੀ ਰੱਖਿਆ, ਵੀਰ ਜੀ ਸਾਰਾ ਘਰ ਦਾ ਮਾਲ ਹੈ ਵੀਰ ਜੀ, ਕੋਈ ਸੇਲ ਕੋਈ ਪਰਚੇਜ ਦਾ ਵਪਾਰ ਕੰਮ ਵਪਾਰ ਨਹੀਂ, ਦਾ ਕੰਮ ਨਹੀਂ ਵੀਰ ਜੀ ਆਪਣਾ, ਕੋਈ ਵਪਾਰ ਨਹੀਂ ਕੀਤਾ? ਹਾਂਜੀ ਹਾਂਜੀ ਵੀਰ ਜੀ। ਠੀਕ ਹੈ। ਘਰ ਦੀ ਮੱਝ ਹੈ ਵੀਰ ਜੀ, ਥੋੜੀ ਪੱਕੀ ਹੋ ਕੇ ਬਣੀ ਸੀ ਵੀਰ ਜੀ। ਠੀਕ ਆ। ਪਹਿਲੇ ਸੂਏ ਵੀਰ ਜੀ 12 ਕਿਲੋ ਦੁੱਧ ਦਿੱਤਾ ਇਹਨੇ। ਅੱਛਾ ਜੀ। ਹਾਂਜੀ। ਹੁਣ ਦੂਜਾ ਸੂਆ ਸੂਈ? ਹਾਂਜੀ ਵੀਰ ਜੀ, ਦੂਜਾ ਸੂਆ ਮੱਝ ਆ। ਹਾਂਜੀ। ਤੇ ਵੀਰ ਜੀ 10 ਕੁ ਦਿਨਾਂ ਦੀ ਸੂਈ ਹੋਊਗੀ, ਤੇ ਵੀਰ ਜੀ ਹਲੇ ਮੈਲੇ ਮੂਲੇ ਤੇ ਉਹਨੀ ਚੱਲੀ। ਠੀਕ ਆ ਜੀ। ਤੇ ਦੁੱਧ ਵੀਰ ਜੀ 12 ਲੀਟਰ ਹੋਊਗਾ, 12 11 ਲੀਟਰ ਕੋਈ ਠੰਡਾ ਕਰਕੇ ਮਿਲੇ, ਮਿੰਤੀ ਕਰ ਲੈ ਵੀਰ ਜੀ ਕਰਿਆ। ਮਤਲਬ ਹੋਊਗਾ 12 ਤੇ ਹਾਂਜੀ 11 ਲੀਟਰ ਕੋਈ ਭੈਣ ਭਰਾ ਆਪਣਾ ਠੰਡਾ ਦੂਰ ਨੇ ਕਰਕੇ ਮਾਰਿਆ ਮਿਲ ਤੇ ਜੀ। ਠੰਡਾ ਮਿੰਤੀ ਕਰ ਲੈ। ਹਾਂਜੀ ਹਾਂਜੀ ਵੀਰ ਜੀ, ਹਲੇ ਮੈਲੇ ਮੂਲੇ ਤੋਂ ਵੀਰ ਜੀ ਚੱਲਣਾ ਮੱਝ ਨੇ। ਠੀਕ ਆ ਜੀ। ਹਾਂਜੀ ਹਾਂਜੀ। ਤਾਂ ਦੱਸੋ 11 ਕਿਲੋ ਵੀਰ ਦੱਸ ਰਿਹਾ ਵੀ ਬਿਲਕੁਲ 11 ਕਿਲੋ ਬਿਲਕੁਲ ਠੰਡਾ ਕਰਕੇ ਦੁੱਧ ਆ, ਵੈਸੇ ਹੋਵੇ ਨਾ ਹੋਵੇ ਤਾਂ 12 ਕਿਲੋ ਹੀ ਆ ਘਰ ਦੀ ਚਵਾਈ। ਮਿੱਠੀ ਬੜੀ ਵੀਰ ਜੀ, ਇੱਧਰ ਦੇਖੋ ਹਾਂ, ਸੀਰ ਸ਼ਰੀਫ ਬਹੁਤ ਜ਼ਿਆਦੀ ਵੀਰ। ਵਾਕਈ ਹੈ, ਹਾਂ ਬਹੁਤ ਖੂਬਸੂਰਤ ਦੋਸਤੋ ਪਸ਼ੂ ਧਾਨਾ, ਮੁੱਢ ਤੋਂ ਬਿਲਕੁਲ ਵੀਰ ਜੀ, ਚੌਰਸ ਗਾੜੀ ਲੇਵਾ। ਬੜੀ ਚੰਗੀ ਵੀਰ ਜੀ, ਚੈੱਕ ਕਰੋ। ਹਾਂ, ਮੁੱਢ ਤੋਂ ਚੌਰਸ ਲੇਵਾ, ਬੈਕ ਸਾਈਡ ਤੁਸੀਂ ਦੇਖੋ ਬਿਲਕੁਲ ਚੌਰਸ ਲੇਵਾ, ਠੀਕ ਆ ਜੀ। ਸੋ ਗੇਟ 1.5 ਗੇਟ ਜਿਹੜਾ ਬਿਲਕੁਲ ਚੜਾਈ ਦੇ ਵਿੱਚ ਲੇਵਾ, ਤੇ ਜਿੰਨਾ ਵੀ ਦੋਸਤੋ ਅੱਗੇ ਨੂੰ ਵੇਖੋ, ਠੀਕ ਆ ਜੀ, ਜਿੰਨਾ ਅੱਗੇ ਬਿਲਕੁਲ ਉਹਨੇ ਬੈਕ ਸਾਈਡ ਪੱਟਾਂ ਦੇ ਸਣ ਦੇ ਵਿਚਕਾਰ ਜਿਹੜਾ ਲੇਵੇ ਦੀ ਬਣਤਰ ਆ, ਠੀਕ ਆ। ਆਹ ਦੇਖੋ ਜੀ, ਗੇਠ ਗੇਠ ਤੇ ਵੀਰ ਜੀ ਥਾਨ ਲੱਗਾ। ਸੋ ਵੰਡਾ ਵੁੰਡਾ ਬਹੁਤ ਜ਼ਿਆਦੀਆਂ ਚੰਗੀਆਂ ਆਪਸੀ ਥਣਾਂ ਦੀਆਂ, ਠੀਕ ਆ। ਆਹ ਦੇਖੋ, ਤੇ ਚੋਣ ਜਾਣ ਫਿਰ ਮਨਪ੍ਰੀਤ ਕਿਵੇਂ ਆ ਬਾਈ? ਵੀਰ ਜੀ ਇੱਕ ਨੰਬਰ ਵੀਰ ਜੀ, ਵੇਖੋ ਉਦਾਂ ਹੀ ਚੋ ਗਏ ਤੁਹਾਨੂੰ, ਸੀਰ ਸ਼ਰੀਫ ਵੇਖੋ, ਬੱਚੇ ਦੀ ਵੀ ਨਹੀਂ ਲੋੜ ਵੀਰ ਜੀ। ਹਾਂ, ਤਾਂ ਦੋਸਤੋ ਬਿਲਕੁਲ ਮਿੱਠੀ ਤੇ ਠੰਡੀ ਧੀਰੀ,
ਸੋ ਪੈਸੇ ਲੱਗੇ ਭੁੱਲ ਜਾਣਗੇ ਮੈਨੂੰ ਲੱਗਦਾ ਵੀ ਦੋਸਤੋ ਜਦੋਂ ਨੋਰਮਲ ਘਰਾਂ ਦੇ ਵਿੱਚੋਂ ਪਸ਼ੂ ਚੰਗੇ ਨਿਕਲਦੇ ਆ ਤੇ ਪਾਇਲ ਦੇ ਆਧਾਰ ਤੇ ਵੀਰ ਖਰੀਦਦਾਰੀ ਕਰਦੇ ਆ ਜਿਹਨੇ ਘਰੇ ਟਕਾਉਣਾ ਪਸ਼ੂ ਵੀਰ ਜੀ ਵੇਖੋ ਮੱਝ ਦਾ ਹਾਂ ਚੌੜਾ ਪਿੱਠ ਪੂੜਾ ਤੇ ਸੈਕਿੰਡ ਟਾਈਮ ਰਾਤ ਦੂਜਾ ਸੁਬਾ ਸੂਈ ਆ ਠੀਕ ਆ ਤੇ 10-12 ਕੁ ਦਿਨਾਂ ਦੀ ਸੂਈ ਆ ਹਜੇ ਮੇਲੇ ਤੋਂ ਸਟਾਰਟ ਹੋਣਾ ਇਹਨੇ ਮੇਲੇ ਤੋਂ ਦੋਸਤੋ ਹਜੇ ਚੱਲਣਾ ਹੈ ਹਲੇ ਵੀਰ ਜੀ ਵੰਡ ਵੁੰਡ ਵੀ ਅੜਕੋ ਸਾਰਦਾ ਹੀ ਪੈਂਦਾ ਵਾ ਅੱਛਾ ਜੀ ਹਾਂਜੀ ਪੱਠਾ ਵੀ ਵੀਰ ਜੀ ਸਾਡੇ ਮੁੱਕੇ ਰਹੇ ਅੱਛਾ ਹੁਣ ਜਾ ਕੇ ਵੀਰ ਜੀ ਪੱਠਾ ਤਿਆਰ ਹੋਇਆ ਸਾਡਾ ਜਾ ਠੀਕ ਆ ਠੀਕ ਹਾਂਜੀ ਹਾਂਜੀ ਨਹੀਂ ਫਿਰ ਵੀ ਬਹੁਤ ਚੰਗੀ ਕਾਰਗੁਜ਼ਾਰੀ ਆ ਹਾਂਜੀ ਹਾਂਜੀ 10-12 ਦਿਨਾਂ ਦੇ ਦੌਰਾਨ ਹੀ ਅੱਜ 11-12 ਲੀਟਰ ਦੇ ਹਾਂਜੀ ਹਾਂਜੀ ਵੀਰ ਜੀ 12 ਕਿਲੋ ਦੁੱਧ ਵੀ 11 ਕਰਕੇ ਠੰਡਾ ਮਿਣ ਕੇ ਜਿੱਦਾਂ ਮਰਜ਼ੀ ਲੈ ਜਾਓ ਠੀਕ ਹੈ ਜੀ ਹਾਂਜੀ ਵੀਰ ਜੀ ਲੈ ਮਨਪ੍ਰੀਤ ਮਗਰਾ ਕੱਟੀ ਆ ਗਈ ਹਾਂਜੀ ਵੀਰ ਜੀ ਕੱਟੀ ਨੀਲੀ ਦੀ ਕੱਟੀ ਜੇ ਵੇਖੋ ਲਓ ਮਗਰ ਕੱਟੀ ਆ ਦੋਸਤੋ ਠੀਕ ਹੈ ਜੀ ਆਹ ਤੁਸੀਂ ਵੇਖ ਸਕਦੇ ਜੇ ਮਗਰ ਬੱਚਾ ਵੀ ਕੱਟੀ ਆ ਤੇ ਉਹਨਾਂ ਵੀਰਾਂ ਲਈ ਇਹ ਵੀ ਜਿਹੜੇ ਵੀਰ ਇਹ ਵੀ ਝਾਕ ਰੱਖਦੇ ਆ ਵੀ ਮਗਰ ਕੱਟੀ ਹੋਵੇ ਠੀਕ ਹੈ ਜੀ ਸ਼ੌਂਕ ਨਾਲ ਆਪਾਂ ਤਿਆਰ ਕਰ ਲੈਂਦੇ ਪਰ ਮੇ ਤੋਂ ਸੀਮ ਨਹੀਂ ਹੈਗਾ ਅੱਛਾ ਜੀ ਹਾਂਜੀ ਵੀਰ ਜੀ ਠੀਕ ਆ ਜੀ ਚੇਤਾ ਭੁੱਲ ਗਿਆ ਬਾਕੀ ਆ ਫੇਸ ਕੁਆਲਿਟੀ ਤੋਂ ਠੀਕ ਆ ਜੀ ਸਿੰਘਾਂ ਦੇ ਬੰਤਰ ਮੂੰਹ ਮੱਥਾ ਤੁਸੀਂ ਵੇਖ ਸਕਦੇ ਜੀ ਅੱਖਾਂ ਦੇ ਵਿੱਚ ਜਵਾਬ ਆ ਦੋਸਤੋ ਤੇ ਨਾਸ ਦੇ ਉੱਪਰ ਵੀ ਬਿਲਕੁਲ ਨਿਸ਼ਾਨ ਚਾਰੇ ਖੋਰ ਧੁੱਪੇ ਆ ਪੂਛ ਵੀ ਜਿਹੜੀ ਹਾਫ ਵਾਈਟ ਆ ਤੇ ਸਿੰਘ ਖੁੱਲਾ ਦਰਮਿਆਨਾ ਖੁੱਲਾ ਸਿੰਘ ਆ ਪਰ ਬਾਡੀ ਬੰਤਰ ਦੇ ਹਿਸਾਬ ਨਾਲ ਪੂਰਾ ਮੇਲ ਖਾਂਦਾ ਪੂਰੀ ਫੱਬਦੀ ਆ ਠੀਕ ਆ ਜੀ ਕਿਉਂਕਿ ਕੱਦ ਕੁੱਦ ਸੋਹਣਾ ਹੈ ਵੱਡੇ ਕੱਦ ਕੱਠ ਦੇ ਵਿੱਚ ਤੇ ਥੱਲੇ ਭਾਂਡੇ ਦੀ ਤੁਸੀਂ ਦੇਖ ਹੀ ਲਈ ਆ ਦੋਸਤੋ ਬਹੁਤ ਵਧੀਆ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਆ ਵੇਖੋ ਜੀ ਠੀਕ ਆ ਬਹੁਤ ਸੋਹਣਾ ਲੇਵਾ ਸੋ ਚੰਗੇ ਮਿਲਕ ਤੇ ਚੱਲ ਰਹੀ ਆ ਸੋ ਦੋਸਤੋ ਨਾਰਮਲ ਸੇਵਾ ਵੀਰਾਂ ਦਾ ਵੀ ਆਪਾਂ ਨਾਰਮਲ ਸੇਵਾ ਦੇ ਉੱਪਰ ਹੀ ਜਿਹੜਾ 11-12 ਲੀਟਰ ਚਵਾਈ ਕਰਦੇ ਆ ਤੇ ਜਿਹੜਾ ਕੋਈ ਵੀਰ ਅੱਗੇ ਚੰਗੀ ਸੇਵਾ ਕਰ ਲੂਗਾ ਦੁੱਧ ਸੋਹਣਾ ਚਵਾ ਦੂਗੀ ਉਹਦੇ 'ਚ ਕੋਈ ਸ਼ੱਕ ਨਹੀਂਗਾ ਕਿਉਂਕਿ ਲੇਵੇ ਲੂਵੇ ਦੀ ਬੜੀ ਸਾਫ਼ ਸੁਥਰੀ ਆ ਹਾਂਜੀ ਸੋਰੀਆ ਵੀਰ ਜੀ ਆ ਤੋਰੋ ਮਨਪ੍ਰੀਤ ਲਿਆਓ ਖੋਲੋ ਬਈ ਤੋਰ ਕੇ ਦਿਖਾਈਏ ਮੜਾ ਜੀ ਵੀਰਾਂ ਨੂੰ ਠੀਕ ਆ ਜੀ ਸੋ ਮੱਝ ਦੋਸਤੋ ਚੰਗੀ ਆ ਬਾਕੀ ਚੰਗੀ ਉਮੀਦ ਕਰ ਸਕਦੇ ਆ ਵੀ ਕੋਈ ਚੰਗੀ ਵੀਰ ਸੇਵਾ ਕਰ ਲੂਗਾ ਤੇ 12000 ਲੀਟਰ ਦਾ ਤੁਸੀਂ ਜੋਗੇ ਲੈ ਕੇ ਜਾਓਗੇ 14 ਕਿਲੋ ਵੀਰ ਜੀ ਦੁੱਧ ਅੱਛਾ ਪਹਿਲਾਂ ਨੇ ਕਿੰਨਾ ਕੁ ਮਨਪ੍ਰੀਤ ਚਵਾਇਆ ਸੀ ਪੀਕ ਵੀਰ ਜੀ ਪਹਿਲਾਂ ਨੇ 12 ਲੀਟਰ ਦੁੱਧ ਦਿੱਤਾ ਵਾ 12 ਲੀਟਰ ਹਾਂਜੀ ਵੀਰ ਜੀ ਠੰਡਾ ਕਰਕੇ 12 ਲੀਟਰ ਦੁੱਧ ਆਪਾਂ ਚੋਇਆ ਵੀਰ ਜੀ ਠੀਕ ਆ ਜੀ ਹਾਂਜੀ ਵੀਰ ਜੀ ਤਾਂ ਦੋਸਤੋ ਪਹਿਲਾਂ ਨੇ ਦੁੱਧ ਜਿਹੜਾ ਚੰਗਾ ਚਵਾਤਾ ਸੀਗਾ 12 ਲੀਟਰ ਤੇ ਥੋੜੀ ਜਿਹੀ ਪੁੱਜ ਗਏ ਵੀਰਾਂ ਦਾ ਵੀ ਦੱਸ ਹੀ ਦਿੱਤਾ ਵੀ ਘਰ ਦੀ ਮਾਂ ਜਾ ਥੋੜੀ ਜਿਹੀ ਪੁੱਜ ਕੇ ਬਣੀ ਸੀਗੀ ਹੁਣ ਦੂਜਾ ਸੂਆ ਸੂਈ ਆ ਤੇ ਇਸ ਵਾਰ ਵੀ ਜਿਹੜੀ 11-12 ਤੇ ਹਜੇ ਸਟਾਰਟਿੰਗ ਜਿਹੜੀ ਆ 11-12 ਲੀਟਰ ਤੋਂ ਸ਼ੁਰੂ ਕੀਤੀ ਆ ਬਾਕੀ ਜਲਦੀ ਚੰਗੇ ਦੁੱਧ ਤੇ ਹੋਰ ਚੜ ਜਾਊਗੀ ਠੀਕ ਆ ਤੇ ਜਿਹੜੇ ਵੀਰ ਖਾਸ ਤੌਰ ਤੇ ਝਾਕ ਕਰਦੇ ਆ ਵੀ ਚਲੋ 13 ਲੀਟਰ 14 ਲੀਟਰ ਵਾਲਾ ਪਸ਼ੂ ਲੱਭਣ ਦੀ ਤੇ ਮੈਨੂੰ ਲੱਗਦਾ ਵੀ ਦੋਸਤੋ ਇਸ ਮੱਝ ਦੀ ਕਾਰਗੁਜ਼ਾਰੀ ਚੰਗੀ ਰਹੂਗੀ ਤੇ ਬਾਕੀ ਅੱਗੇ ਕੋਈ ਚੰਗੀ ਸੇਵਾ ਕਰ ਲੂਗਾ ਜਿੰਨਾ ਗੁੜ ਪਾਲੂ ਦੋਸਤੋ ਉਹਨਾਂ ਮਿੱਠਾ ਠੀਕ ਆ ਆ ਦੇਖੋ ਵੇਖ ਲਓ ਵੀਰ ਜੀ ਠੀਕ ਹੈ ਜੀ ਸੋ ਸੋਹਣਾ ਥਣ ਭਾਂਡਾ ਬਹੁਤ ਖੂਬਸੂਰਤ ਲੇਵੇ ਦੇ ਵਿੱਚ ਮਗਰ ਕੱਟੀ ਠੀਕ ਆ ਜੀ ਸੋ ਦੂਜਾ ਸੂਆ ਇਹ ਝੋਟੀ ਸੋਈ ਆ ਦੋਸਤੋ ਚੰਗੀ ਮਿਲਕਿੰਗ ਤੇ ਚੱਲ ਰਹੀ ਆ ਤੇ ਚੋਣ ਜਾਣ ਦੀ ਵੀ ਪੋਲੀ ਬਿਲਕੁਲ ਵੀਰ ਪੂਰੀ ਪੋਲੀ ਭਾਵੇਂ ਵੀਰ ਜੀ ਭਾਵੇਂ ਬੱਚਾ ਚੋਲੇ ਭਾਵੇਂ ਕੋਈ ਜਨਾਨੀ ਚੋਲੇ ਵੀਰ ਠੀਕ ਹੈ ਤੇ ਇਹਦਾ ਮਨਪ੍ਰੀਤ ਕੀ ਕਰਦੇ ਮੁੱਲ ਕੀ ਕਰਦੇ ਬਾਈ ਵੀਰ ਜੀ ਇਹੋ ਜਿਹੀਆਂ ਮੱਝਾਂ ਦਾ ਤੇ ਮੁੱਲ ਲੋਕੀ ਵੀਰ ਜੀ ਡੇਢ ਡੇਢ ਵੀ ਮੰਗੀ ਜਾਂਦੇ ਆ ਹਾਂਜੀ ਹਾਂਜੀ ਮੈਂ ਵੇਂਦਾ ਹੀ ਰਹਿਣਾ ਵੀਰ ਜੀ ਪਰ ਆਪਾਂ ਡੇਢ ਨਹੀਂ ਮੰਗਣਾ ਆਪਾਂ ਲੈਣ ਦੇ ਨਾਲ ਹੀ ਗੱਲ ਕਰਨੀ ਆ ਤੁਸੀਂ ਵੀਰ ਜੀ ਪਹਿਲੀ ਏਰੀ ਆਏ ਜੇ ਤੁਹਾਡਾ ਚਲੋ ਮੈਂ ਪਹਿਲੀ ਏਰੀ ਤੁਹਾਡੇ ਤੋਂ ਵੀਡੀਓ ਬਣਾਉਣ ਲੱਗਾ ਤਾਂ ਲੋ ਤੁਹਾਡੀਆਂ ਵੀਡੀਓ ਵੇਂਦਾ ਨਾ ਹਾਂਜੀ ਵੀਰ ਜੀ ਮੁੱਲ ਕਰਦੇ ਆਪਾਂ 1-20 ਹਾਂਜੀ 1-15 ਦੀ ਦੇ ਦਈਏ ਵੀਰ ਜੀ 1-15 ਦੀ ਹਾਂਜੀ ਤੇ ਮਨਪ੍ਰੀਤ ਚੱਲ ਮਾਨ ਤਾਂ ਜੇ ਮੇਰਾ ਵੀ ਕਰਨਾ ਤੇ ਭੈਣ ਭਰਾਵਾਂ ਦਾ ਇੱਕ ਗੱਲ ਬਰਾਬਰ ਹੀ ਆ ਹਾਂਜੀ ਵੀਰ ਜੀ ਖੁੱਲਾ ਕਰਦੇ ਹੋਰ 1-15 ਜੋ ਆਪੇ ਕਰਦੇ ਕਿਉਂਕਿ ਤੁਸੀਂ ਘਰੋਂ ਸੇਲ ਕਰਦੇ ਪਏ ਜੇ ਜਿੰਨਾ ਵੀ ਕਸਰ ਕੁਸਰ ਕੱਢ ਕੇ ਦੇਈਏ ਆਪਾਂ ਹਾਂ ਨਾ ਵੀਰ ਜੀ ਝੋਟੀ 1-10 ਦੀ ਦੇ ਦਿੰਦਾ 1-10 ਵੀਰ ਜੀ 200 ਰੁਪਿਆ ਛੋੜ ਹੀ ਹੋਣੀ ਜਾਂ ਵਿੱਚੋਂ ਛੋੜ ਛੱਪੇ ਰਹਿ ਗਿਆ ਹੈ ਛੋੜ ਛੱਪਾ ਹੀ ਹੋਣਾ ਵੀਰ ਜੀ ਜੇ ਵਿਕੂਗੀ ਵੇਚ ਦਾਂਗੇ ਨਹੀਂ ਤੇ ਰੱਖ ਲਾਂਗੇ ਨਹੀਂ ਤੇ ਘਰੇ ਚੋਲਾਂਗੇ ਹਾਂਜੀ ਵੀਰ ਜੀ ਘਰੇ ਚੋਲਾਂਗੇ ਠੀਕ ਆ ਜੀ ਠੀਕ ਆ ਲਓ ਦੱਸੋ ਬਿਲਕੁਲ 100 ਹੱਥ ਰੱਸਾ ਤੇ ਸਿਰੇ ਦੀ ਗੰਢ ਵੀਰਾਂ ਦਾ ਵੀ ਇੱਕ ਗੱਲ ਕਰ ਦਿੱਤੀ ਆ 1,10,000 ਤੇ ਦਵਾਂਗੇ ਵਿੱਚੋਂ 200 ਰੱਸਾ ਛੜਾਈ ਆ ਕਿਸੇ ਸੱਜਣ ਦਾ ਮਾਣ ਤਾਂ ਜਿਹੜਾ ਠੀਕ ਆ ਜੀ ਤੇ ਜਿੰਨਾ ਵੀ ਹੋ ਸਕਦਾ ਛੋੜ ਛੱਪਾਂ ਦਾ ਕਰਕੇ ਵੀ 1-10 ਦੇ ਵਿੱਚੋਂ 200 ਰੁਪਈਆ ਛੋੜ ਕਰਾਂਗੇ ਬਾਕੀ ਬਹੁਤ ਖੂਬਸੂਰਤ ਆ ਚੰਗੀ ਆ
ਸੋ ਪ੍ਰੋਪਰ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਚੁੱਕੀ ਹੈ, ਠੀਕ ਆ ਜੀ। ਥਾਣ ਲੇਵੇ ਵਾਲੇ ਪਾਸੇ ਪੂਰੀ ਖਬਰਦਾਰ ਆ, ਅਤੇ ਬਾਕੀ ਪਸੰਦ ਆਈ ਹੋਊਗੀ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ। ਚੰਗੀ ਮਾਝਾ, ਚੰਗਾ ਪਸ਼ੂ ਧੰਨ ਆ। ਇੱਥੋਂ ਦੋਸਤੋ ਅੱਗੇ ਕਿਸੇ ਵੀਰ ਦੇ ਅਣਜਲ ਆ, ਲੈਣੇ ਦੇਣੇ ਮੁਕੱਦਰ ਆ, ਕਿਸੇ ਵੀਰ ਦੇ ਅਣਜਲ ਨੇ ਭਿੜਨਾ, ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਤੁਸੀਂ ਗਾੜੀ ਚੰਗਾ ਵੇਖੋ ਚੋਲੋ, ਵੀਰ ਜੀ ਕਿੱਡੀ ਕਹਿਣ ਠੀਕ ਆ ਜੀ। ਵਾਲੀ ਅੱਗੋਂ ਪਿੱਛੋਂ ਇੱਕ ਬਰਾਬਰ ਹੀ ਆ, ਠੀਕ ਆ ਜੀ, ਉਨੀ ਅੱਗੇ ਉਨੀ ਪਿੱਛੇ। ਥਾਣ ਪਸਮਾ ਕੇ ਵੀਰ ਜੀ, ਆ ਛੋਟਾ ਰੱਖਦੀ ਉਹਦਾ ਪਸਮਾ ਕੇ ਪੂਰੇ ਥਾਣ ਐਂ ਮੁਠੀ ਕੱਟ ਵਾਲੇ। ਆਉਂਦੀ ਹੈ ਹਾਂਜੀ ਹਾਂਜੀ ਮੁੱਠੀ ਥਣ, ਹਾਂ ਪੂਰਾ ਆਪਾਂ ਪਸਮਾ ਠੀਕ ਵੀ ਹੈ ਦਿੰਦੇ ਜੀ, ਆਂਦੇ। ਠੀਕ ਆ ਜੀ, ਲਓ ਦੋਸਤੋ, ਠੀਕ ਆ, ਚੋਰੀ ਵੀਰ ਜੀ ਚੋਰੀ। ਹਾਂਜੀ ਹਾਂਜੀ। ਤੇ ਅੱਛਾ ਮਨਪ੍ਰੀਤ, ਇੱਕ ਨੰਬਰ ਬੋਲਦੇ ਵੀਰ। ਵੀਰ ਜੀ ਨੰਬਰ ਆਪਣਾ ਹੈਗਾ ਜੀ ਹਾਂਜੀ 78 87 37 44 42। ਠੀਕ ਆ ਜੀ, ਹਾਂਜੀ ਵੀਰ ਜੀ, ਚੰਗੀ ਝੋਟੀ ਆ, ਪਸੰਦ ਆਈ ਹੋਊਗੀ ਦੋਸਤੋ, ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ। ਚੰਗੀ ਕਾਰਗੁਜ਼ਾਰੀ ਆ, ਚੰਗਾ ਦੁੱਧ ਇਹਦੇ ਕਰ ਦਿਓ ਤੱਕ। ਜਿਹੜਾ ਕੋਈ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।